ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁਅਲੈਕੁਮ ਵੀਵਰਸ ਕੀ ਹਾਲ ਨਮੀਦ ਸਾਰੇ ਠੀਕ ਹੋਣਗੇ ਅੱਲਾਹ ਤਾਲਾ ਸਾਰਿਆਂ ਨੂੰ ਆਪਣੇ ਘਰਾਂ ਚ ਖੁਸ਼ ਰੱਖੇ ਆਬਾਦ ਰੱਖੇ ਆਮੀਨ ਸੁਮਾ ਆਮੀਨ ਦੇਖੋ ਵੀਵਰਸ ਕਿੰਨੀ ਸੌਫਟ ਬਿਲਕੁਲ ਜਿਸ ਤਰ੍ਹਾਂ ਕੱਪੜੇ ਦਾ ਰੁਮਾਲ ਹੁੰਦਾ ਵਾ ਇਸ ਤਰ੍ਹਾਂ ਦੀ ਪੂਰੀ ਬਣੀ ਹੈ ਬਹੁਤ ਹੀ ਆਸਾਨ ਜੀ ਰੈਸਿਪੀ ਤੁਹਾਨੂੰ ਦਵਾਂਗੇ ਤੁਸੀਂ ਇਸ ਰੈਸਿਪੀ ਦੇ ਨਾਲ ਆਪਣਾ ਕੰਮ ਕਰਨਾ ਹੈ ਬਹੁਤ ਹੀ ਆਸਾਨ ਜੀ ਰੈਸਿਪੀ ਤੁਹਾਨੂੰ ਦਵਾਂਗੇ ਤੁਸੀਂ ਇਸ ਰੈਸਿਪੀ ਦੇ ਨਾਲ ਆਪਣਾ ਕੰਮ ਕਰਨਾ ਹੈ ਬਹੁਤ ਹੀ ਆਸਾਨ ਜੀ ਰੈਸਿਪੀ ਤੁਹਾਨੂੰ ਦਵਾਂਗੇ ਤੁਸੀਂ ਇਸ ਰੈਸਿਪੀ ਦੇ ਨਾਲ ਆਪਣਾ ਕੰਮ ਕਰਨਾ ਹੈ ਬਹੁਤ ਹੀ ਆਸਾਨ ਜੀ ਰੈਸਿਪੀ ਤੁਹਾਨੂੰ ਦਵਾਂਗੇ ਤੁਸੀਂ ਇਸ ਰੈਸਿਪੀ ਦੇ ਨਾਲ ਆਪਣਾ ਕੰਮ ਕਰਨਾ ਹੈ ਬਹੁਤ ਹੀ ਆਸਾਨ ਜੀ ਰੈਸਿਪੀ ਤੁਹਾਨੂੰ ਦਵਾਂਗੇ ਤੁਸੀਂ ਇਸ ਰੈਸਿਪੀ ਦੇ ਨਾਲ ਆਪਣਾ ਕੰਮ ਕਰਨਾ ਹੈ ਬਹੁਤ ਹੀ ਆਸਾਨ ਜੀ ਰੈਸਿਪੀ ਤੁਹਾਨੂੰ ਦਵਾਂਗੇ ਤੁਸੀਂ ਇਸ ਰੈਸਿਪੀ ਦੇ ਨਾਲ ਆਪਣਾ ਕੰਮ ਕਰਨਾ ਹੈ ਬਹੁਤ ਹੀ ਆਸਾਨ ਜੀ ਰੈਸਿਪੀ ਤੁਹਾਨੂੰ ਦਵਾਂਗੇ ਤੁਸੀਂ ਇਸ ਰੈਸਿਪੀ ਦੇ ਨਾਲ ਆਪਣਾ ਕੰਮ ਕਰਨਾ ਹੈ ਬਹੁਤ ਹੀ ਆਸਾਨ ਜੀ ਰੈਸਿਪੀ ਤੁਹਾਨੂੰ ਦਵਾਂਗੇ ਤੁਸੀਂ ਇਸ ਰੈਸਿਪੀ ਦੇ ਨਾਲ ਆਪਣਾ ਕੰਮ ਕਰਨਾ ਹੈ ਬਹੁਤ ਹੀ ਆਸਾਨ ਜੀ ਰੈ ਸਭ ਤੋਂ ਪਹਿਲੇ ਚਨੇ ਲੈ ਲੈਨੇ ਇੱਕ ਪਾਉ ਚਨੇ ਲੈ ਆਇਆ ਤੇ ਉਹਨਾਂ ਦੇ ਵਿੱਚ ਇੰਨਾ ਪਾਣੀ ਪਾ ਦਿੱਤਾ ਵਾ ਕਿ ਚਨੇ ਉਹਦੇ ਵਿੱਚ ਡਿਪ ਹੋ ਜਾਣ ਹੋਰ ਇਹਦੇ ਵਿੱਚ ਆਪਾਂ ਕੋਈ ਚੀਜ਼ ਨਹੀਂ ਪਾਣੀ ਇਹਨਾਂ ਨੂੰ ਆਪਾਂ ਬੋਇਲ ਹੋਣ ਲਈ ਰੱਖ ਦਾਂਗੇ ਤੇ ਹੁਣ ਆਪਾਂ ਆਟਾ ਗੁੰਨ ਲੈਨੇ ਆ ਪਹਿਲੇ ਕੰਮ ਜੇ ਤੁਸੀਂ ਨਾਸ਼ਤੇ ਦਾ ਕੰਮ ਸ਼ੁਰੂ ਕਰਨਾ ਕਰਦੇ ਹੋ ਤੇ ਐਸੀ ਤਰਤੀਬ ਦੇ ਨਾਲ ਕਰਨਾ ਤੇ ਤੁਹਾਨੂੰ ਆਸਾਨੀ ਵੀ ਰਹੇਗੀ ਪਹਿਲੇ ਚਨੇ ਪਰ ਤੁਸੀਂ ਉਬਲਣ ਵਾਸਤੇ ਰੱਖ ਦੋ ਤੇ ਫਿਰ ਤੁਸੀਂ ਆਟਾ ਗੁੰਨ ਲਓ ਨਮਕ ਪਾਇਆ तकरीबन ਅੱਧਾ ਚਮਚ ਤੇ ਇੱਕ ਪਾਉ ਮੈਦਾ ਪਾਇਆ ਵਾ ਤੇ ਇੱਕ ਕਾਪੇ ਦੇ ਵਿੱਚ ਮੈਂ ਆਹ ਮਾਟਾ ਜਿਹੜਾ ਆਪਣਾ ਗੰਧਮ ਦਾ ਆਟਾ ਹੁੰਦਾ ਜਿੰਨਾ ਪਰੋਟੀ ਬਣਾਈਦੀ ਆ ਉਹ ਪਾਇਆ ਵਾ ਬਹੁਤ ਹੀ ਆਸਾਨੀ ਨਾਲ ਇਹਦੇ ਨਾਲ ਫਿਰ ਜਿਹਨਾਂ ਨੂੰ ਨਹੀਂ ਵੀ ਬਣਾਣੀਆਂ ਆਂਦੀਆਂ ਪੂਰੀਆਂ ਉਹਨਾਂ ਦੀਆਂ ਪੂਰੀਆਂ ਬਹੁਤ ਹੀ ਆਸਾਨੀ ਦੇ ਨਾਲ ਬਣ ਜਾਂਦੀਆਂ ਵਾ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਪੂਰੀ ਬਹੁਤ ਹੀ ਆਸਾਨੀ ਦੇ ਨਾਲ ਤੇ ਨਰਮ ਬਲਾਈਮ ਬਣੇ ਬਿਲਕੁਲ ਵੀ ਹਾਰਡ ਨਾ ਹੋਵੇ ਤੇ ਤੁਸੀਂ ਰੈਸਪੀ ਨੂੰ ਫੁੱਲ ਵਲ ਵਾਚ ਕਰਨਾ ਵਾ ਵੀਡੀਓ ਨੂੰ ਕਿਤੋਂ ਵੀ ਸਕਿੱਪ ਨਹੀਂ ਕਰਨਾ ਆਟੇ ਨੂੰ ਆਪਾਂ ਥੋੜਾ ਥੋੜਾ ਪਾਣੀ ਲਾ ਕੇ ਇਹਨੂੰ ਗੁੰਨਾਂਗੇ ਇੱਕਦਮ ਤੁਸੀਂ ਜ਼ਿਆਦਾ ਪਾਣੀ ਇਹਦੇ ਵਿੱਚ ਸ਼ਾਮਿਲ ਨਹੀਂ ਕਰਨਾ ਕਿਉਂਕਿ ਆਟਾ ਫਿਰ ਤੁਹਾਡਾ ਨਰਮ ਹੋ ਜਾਏਗਾ ਆਟੇ ਨੂੰ ਆਪਾਂ ਥੋੜਾ ਜਿਆ ਸਖਤ ਰੱਖਾਂਗੇ ਤਾਂ ਕਿ ਪੂਰੀ ਬਰਾਨੀ ਤੁਹਾਨੂੰ ਆਸਾਨ ਹੋ ਜਾਵੇ ਆਟੇ ਦੇ ਵਿੱਚ ਕੋਈ ਬੇਕਿੰਗ ਸੋਡਾ ਜਾਂ ਚੀਨੀ ਵਗੈਰਾ ਵੀ ਨਹੀਂ ਸ਼ਾਮਲ ਕੀਤੀ ਨਾ ਕੋਈ ਦਹੀਂ ਸ਼ਾਮਲ ਕੀਤਾ ਲੇਕਿਨ ਫਿਰ ਵੀ ਇਹ ਪੂਰੀ ਬਹੁਤ ਹੀ ਸੌਫਟ ਬਣੇਗੀ ਤੁਹਾਡੀ ਲੇਕਿਨ ਤੁਸੀਂ ਸਿਰਫ ਇੰਨਾ ਸਟੈਪ ਬਾਈ ਸਟੈਪ ਜਿਸ ਤਰ੍ਹਾਂ ਤੁਹਾਨੂੰ ਦੱਸਾਂਗੇ اسی ਤਰੀਕੇ ਦੇ ਨਾਲ ਤੁਸੀਂ ਰੈਸিপি ਨੂੰ ਜ਼ਰੂਰ ਫਾਲੋ ਕਰਨਾ ਆਟੇ ਨੂੰ ਤੁਸੀਂ ਗੁੰਨ ਲੈਣਾ ਵਾ ਜਿਸ ਤਰ੍ਹਾਂ ਆਮ ਆਪਾਂ ਆਟਾ ਗੁੰਨੀਦਾ ਵਾ ਤੇ ਇਹ ਦੇਖੋ ਆਟਾ ਜਦੋਂ ਤੁਹਾਡਾ ਗੁੰਨ ਹੋ ਜਾਵੇ ਉਦੋਂ ਤੁਸੀਂ ਇਦੇ ਵਿੱਚ ghee ਦਾ 1 ਚਮਚਾ ਫੁੱਲ ਭਰ ਕੇ ਸ਼ਾਮਿਲ ਕਰ ਦੇਣਾ ਮੇਰੇ ਕੋਲ ghee ਦੇਖ ਲਓ ਥੋੜਾ ਥੋੜਾ ਜਮਿਆ ਹੋਇਆ ਸੀ ਇਸ ਲਈ ਮੈਂ 1 ਚਮਚਾ ਸ਼ਾਮਿਲ ਕੀਤਾ ਜੇ ਤੁਹਾਡਾ ghee ਬਿਲਕੁਲ ਪਿਗਲਿਆ ਹੋਇਆ ਵਾ liquid ਆ ਤੇ ਫਿਰ ਤੁਸੀਂ 3 ਚਮਚ ਜਿਹੜੇ ਹਨਾ ਉਹ ਤੁਸੀਂ ਸ਼ਾਮਿਲ ਕਰ ਲਿਓ ਇਹਦੇ ਵਿੱਚ ਕਿਉਂਕਿ ਉਹ ਫਿਰ ਫਰਕ ਪੈ ਜਾਂਦਾ ਵਾ ਕੰਸਿਸਟੈਂਸੀ ਦਾ ਜਦੋਂ ਪਿਗਲਿਆ ਹੋਇਆ ghee ਹੁੰਦਾ ਵਾ ਉਹਦੀ ਮਿਕਦਾਰ ਦਾ ਤੇ ਇਹਦਾ ਜੰਮੇ ਹੋਏ ghee ਦਾ ਨਾ ਵਜ਼ਨ ਦਾ ਤੁਸੀਂ ਕਰਕੇ ਦੇਖ ਲਓ ਤੇ ਉਹ ਫਰਕ ਹੁੰਦਾ ਵਾ ਤੇ ਚਨੀ ਆਪਣੇ ਗਲ ਗਿਆ ਜਾਂ ਚਨਾ ਇੰਨਾ ਕਿ ਆਪਾਂ ਗਲਾਨਾ ਵਾ ਕਿ ਚਨਾ ਬਿਲਕੁਲ ਗਲਿਆ ਹੋਵੇ ਲੇਕਿਨ ਚਨਾ ਨਾ ਬਿਲਕੁਲ ਜ਼ਿਆਦਾ ਉਹਨੂੰ ਦੋਦਾਨੇ ਨਾ ਉਹਦੇ ਹੋਏ ਹੋਣ ਬਸ ਤੁਸੀਂ ਇੰਨਾ ਚਨੇ ਨੂੰ ਗਲਾਨਾ ਵਾ ਲੇਕਿਨ ਚਨਾ ਕੱਚਾ ਵੀ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਚਨੇਆਂ ਦੀ ਤਿਆਰੀ ਕਰਾਂਗੇ ghee ਸ਼ਾਮਿਲ ਕਰ ਦਿੱਤਾ ਤਕਰੀਬਨ ਅੱਧਾ ਕੱਪ ਮੈਂ ਇਹਦੇ ਵਿੱਚ ਤੇ ਲਸਣ ਤੇ ਸਬਜ਼ ਮਿਰਚਾਂ ਕੁੱਟੀਆਂ ਹੋਈਆਂ ਸ਼ਾਮਿਲ ਕਰ ਦਿੱਤੀਆਂ ਇਹਨਾਂ ਦਾ ਆਪਾਂ ਤੜਕਾ ਲਾਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਆਲੂ ਜਿਹੜੇ ਦੋ ਆਲੂ ਸੀਗੇ ਮੇਰੇ ਕੋਲ ਇੱਕ ਪਾਉ ਵਜ਼ਨ ਇਹਨਾਂ ਦਾ ਸੀਗਾ ਪੂਰਾ ਇੱਕ ਪਾਉ ਵਜ਼ਨ ਸੀਗਾ ਉਹਨਾਂ ਨੂੰ ਛੇਲ ਕੇ ਅੱਛੇ ਤਰੀਕੇ ਦੇ ਨਾਲ ਕ ਤੇ ਉਹਨਾਂ ਨੂੰ ਮੈਂ ਸ਼ਾਮਲ ਕਰ ਦਿੱਤਾ ਵਾ ਹੁਣ ਆਪਾਂ ਇਹਦੇ ਵਿੱਚ ਥੋੜੇ-ਬਹੁਤ ਮਸਾਲੇ ਸ਼ਾਮਿਲ ਕਰਾਂਗੇ ਕੋਈ ਬਿਲਕੁਲ ਲਾਈਟ ਸੇ ਆਪਾਂ ਮਸਾਲੇ ਸ਼ਾਮਿਲ ਕਰਨੇ ਆ ਇਹਦੇ ਵਿੱਚ ਸਭ ਤੋਂ ਪਹਿਲੇ ਸੁੱਕਾ ਧਨੀਆ ਜਿਹੜਾ ਸਾਬਤ ਹੁੰਦਾ ਵਾ ਉਹ ਥੋੜਾ ਜਿਹਾ ਮਸਲ ਕੇ ਮੈਂ ਇਹਦੇ ਵਿੱਚ ਸ਼ਾਮਲ ਕਰ ਦਿੱਤਾ तकरीबन ਅੱਧਾ ਚਮਚ ਸੀਗਾ ਇਹ ਤੁਸੀਂ ਜ਼ਰੂਰ ਇਹਦੇ ਵਿੱਚ ਪਾਣਾ ਇਹਦੇ ਨਾਲ ਟੇਸਟ ਬਹੁਤ ਹੀ ਵਧੀਆ ਆਏਗਾ ਠੀਕ ਇਹਦੇ ਵਿੱਚ ਕੋਈ ਆਪਾਂ ਗਰਮ ਮਸਾਲਾ ਵਗੈਰਾ ਇਹਨਾਂ ਨਹੀਂ ਪਾਣਾ तकरीबन 1/4 ਟੇਬਲस्पून ਇਹਦੇ ਵਿੱਚ ਮੈਂ ਕਾਲੀ ਮਿਰਚਾਂ ਦਾ ਸ਼ਾਮਲ ਕਰ ਦਿੱਤਾ ਵਾ ਤੇ ਅੱਧਾ ਚਮਚਾ ਥੋੜਾ ਜਿਹਾ ਕੰਮ ਤਕਰੀਬਨ 1/3 ਚਮਚ ਜਿਹੜਾ ਵਾ ਉਹਦੇ ਵਿੱਚ ਮੈਂ ਹਲਦੀ ਪਾਊਡਰ ਸ਼ਾਮਿਲ ਕਰ ਦਿੱਤਾ ਵਾ ਥੋੜਾ ਜਿਹਾ ਪਾਣੀ ਦਾ ਛਿੱਟਾ ਲਾਵਾਂਗੇ ਜਿਹੜਾ ਜੰਨਿਆਂ ਵਾਲਾ ਪਾਣੀ ਹੈ ਮੈਂ ਉਹਦੇ ਨਾਲ ਹੀ ਇਹਨੂੰ ਛਿੱਟਾ ਲਾ ਲਿਆ ਵਾ ਕਿਉਂਕਿ ਥੋੜਾ ਜਿਹਾ ਪਾਣੀ ਐਕਸਟਰਾ ਵਾ ਆਪਣੇ ਕੋਲ ਪਾਣੀ ਜੰਨਿਆਂ ਵਾਲਾ ਤੁਸੀਂ ਜ਼ਾਇਆ ਨਹੀਂ ਕਰਨਾ ਇਹ ਤਕਰੀਬਨ 1/3 ਟੇਬਲस्पून ਆਪਾਂ ਇਹਦੇ ਵਿੱਚ ਕਾਲੀ ਮੇਝ ਪਾ ਦਿੱਤੀ ਹੈ ਪੀਸੀ ਹੋਈ ਥੋੜੇ ਜਿਹਾ ਦਾਰਚੀਨੀ ਦੇ ਟੁਕੜੇ ਤਿੰਨ ਚਾਰ ਸੀਗੇ ਛੋਟੇ-ਛੋਟੇ ਮੈਂ ਸ਼ਾਮਿਲ ਕਰ ਦਿੱਤੇ ਤੁਹਾਡੇ ਕੋਲ ਸਾਬਤ ਹੋਵੇ ਤੇ ਤੁਸੀਂ ਜਿਹੜਾ ਵਾ ਨਾ ਇੱਕ ਇੰਚ ਦਾ ਟੁਕੜਾ ਇਹਦੇ ਵਿੱਚ ਸ਼ਾਮਿਲ ਕਰ ਲਈਓ ਇੱਕ ਮੈਂ ਇਹਦੇ ਵਿੱਚ ਬੜੀ ਇਲਾਇਚੀ ਸ਼ਾਮਿਲ ਕਰ ਦਿੱਤੀ ਆ ਦੋ ਛੋਟੀਆਂ ਸਬਜ਼ ਇਲਾਇਚੀਆਂ ਸ਼ਾਮਿਲ ਕਰ ਦਿੱਤੀਆਂ ਤੇ ਇੱਕ ਚਮਚਾ ਚਿਲੀ ਫਲੇਕਸ ਦਾ ਸ਼ਾਮਿਲ ਕਰ ਦਿੱਤਾ ਵਾ ਹੋਰ ਜ਼ਿਆਦਾ ਇਨੇ ਮਸਾਲੇ ਆਪਾਂ ਇਹਦੇ ਵਿੱਚ ਨਹੀਂ ਪਾਣੇ ਤੇ ਤਕਰੀਬਨ ਅੱਧਾ ਚਮਚ ਨਮਕ ਦਾ ਸ਼ਾਮਿਲ ਕਰ ਦਿੱਤਾ ਤੇ ਆਲੂਆਂ ਦੀ ਕਰਾਂਗੇ ਅچھے ਤਰੀਕੇ ਨਾਲ ਬੁਨਾਈ ਜਦੋਂ ਆਪਣੇ ਆਲੂ ਗਲ ਜਾਣਗੇ ਤੇ ਆਪਾਂ ਇਹਦੇ ਵਿੱਚ ਚਨੇ ਸ਼ਾਮਿਲ ਕਰ ਦਿੱਤੇ ਜਿਹੜਾ ਥੋੜਾ ਬਹੁਤ ਪਾਣੀ ਇਹਨਾਂ ਦੇ ਵਿੱਚ ਉਹਦੇ ਸਮੇਤ ਮੈਂ ਇਹਨੂੰ ਸ਼ਾਮਿਲ ਕਰ ਦਿੱਤਾ ਵਾ ਤੇ ਪਾਣੀ ਥੋੜਾ ਜਿਹਾ ਜਦੋਂ ਖੁਸ਼ਕ ਹੋ ਜਾਏਗਾ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਮੈਸ਼ ਕਰ ਮੈਸ਼ ਕਰਨਲ ਕੀ ਹੋਏਗਾ ਕਿ ਜਿਹੜੇ ਚਨੇ ਆਲੂ ਆ ਉਹ ਵਿੱਚ ਥੋੜੇ ਜਿਹਾ ਨਾ ਗਾੜੀ ਗਰੇਵੀ ਦਾ ਹੋ ਜਾਣਗੇ ਤੇ ਬਾਕੀ ਚਨੇ ਜਿਹੜੇ ਥੋੜੇ ਬਹੁਤ ਉਹ ਵੀ ਨਾਲ ਮੈਸ਼ ਹੋ ਜਾਣਗੇ ਗਰੇਵੀ ਤਰ੍ਹਾਂ ਸਾਲਨ ਹੋ ਜਾਏਗਾ ਆਪਣਾ ਬਹੁਤ ਜ਼ਿਆਦਾ ਪਤਲਾ ਪਤਲਾ ਨਹੀਂ ਲੱਗੇਗਾ ਤੇ ਸਾਰਿਆਂ ਨੂੰ ਤੁਸੀਂ ਅੱਛੇ ਤਰੀਕੇ ਨਾਲ ਮੈਸ਼ ਨਹੀਂ ਕਰਨਾ ਬਸ ਰਫਲੀ ਜਿਹਾ ਤੁਸੀਂ ਮੈਸ਼ ਕਰ ਲੈਣਾ ਵਾ ਤਾਂ ਕਿ ਥੋੜਾ ਗੜਾ ਗੜਾ ਜਿਹਾ ਸਾਲਨ ਲੱਗੇ ਤੇ ਟੇਸਟ ਵੀ ਖਾਣ ਨੂੰ ਇਹਦਾ ਬੜਾ ਜ਼ਬਰਦਸਤ ਬਣੇਗਾ ਬਹੁਤ ਹੀ ਮਜ਼ੇਦਾਰ ਹਾਲਾਂਕਿ ਆਪਾਂ ਇਹਦੇ ਵਿੱਚ ਨਾ ਕੋਈ ਪਿਆਜ਼ ਪਾਇਆ ਵਾ ਨਾ ਕੋਈ ਆਪਾਂ ਇਹਦੇ ਵਿੱਚ ਟਮਾਟਰ ਪਾਇਆ ਅਦਰਕ ਵੀ ਆਪਾਂ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਦੀ ਬਹੁਤ ਜ਼ਿਆਦਾ ਸਟਰੋਂਗ ਮਸਾਲੇ ਵੀ ਨਹੀਂ ਪਾਇਆ ਲੇਕਿਨ ਫਿਰ ਵੀ ਬਹੁਤ ਹੀ ਮਜ਼ੇਦਾਰ ਸਾਲਨ ਤਿਆਰ ਹੋਇਆ ਹੁਣ ਇਹਦੇ ਵਿੱਚ ਮੈਂ ਇੱਕ ਗਲਾਸ ਇਹਦੇ ਵਿੱਚ ਪਾਣੀ ਦਾ ਸ਼ਾਮਿਲ ਕਰਾਂਗੀ ਜਿਹੜਾ ਤਕਰੀਬਨ 200 ml ਦਾ ਵਾ ਤੇ ਇਹਨੂੰ ਲਾ ਦਿਆਂਗੇ ਢੱਕਣ ਥੋੜਾ ਜਿਹਾ ਇਹਨੂੰ ਪਾਣੀ ਨੂੰ ਪੱਕਣ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਥੋੜੀ ਜੀ ਮੇਥੀ ਕਸੂਰੀ ਮੇਥੀ ਮੇਰੇ ਕੋਲ ਘਰ ਦੀ ਸੁਕਾਈ ਹੋਈ ਆ ਉਹ ਸ਼ਾਮਿਲ ਕਰ ਦਿੱਤੀ ਹੈ ਤਕਰੀਬਨ ਅੱਧੇ ਚਮਚ ਤੋਂ ਥੋੜੀ ਕਮ ਤੇ ਸਾਲਨ ਆਪਣਾ ਤਿਆਰ ਹੁਣ ਲਿਡ ਲਾ ਕੇ ਰੱਖ ਦਿਆਂਗੇ ਹੁਣ ਆਪਾਂ ਜਿਹੜਾ ਆਟਾ ਬਣਾ ਕੇ ਰੱਖਿਆ ਸੀ ਉਹਦੇ ਕਰਾਂਗੇ ਪੇੜੇ ਪੇੜਾ ਤੁਸੀਂ ਇਸ ਤਰ੍ਹਾਂ ਹੀ ਛੋ ਤਕਰੀਬਨ 50 ਗ੍ਰਾਮ ਦਾ ਜਾਂ 60 ਗ੍ਰਾਮ ਦਾ ਪੇੜਾ ਹੁੰਦਾ ਵਾ ਇਹਦੇ ਵਾਸਤੇ ਬਿਲਕੁਲ ਛੋਟਾ ਬਹੁਤ ਜ਼ਿਆਦਾ ਵੱਡਾ ਪੇੜਾ ਤੁਸੀਂ ਨਹੀਂ ਲੈਣਾ ਤੇ ਇਹ ਇੱਕ ਪਾਓ ਮੈਦੇ ਦੇ ਵਿੱਚ ਆਪਣੇ ਬਣਿਆ ਤਕਰੀਬਨ 9 ਪੇੜੇ ਪੂਰੇ ਬਨੇ ਦੇ ਨਾਲ ਛੋਟਾ ਜਿਹਾ ਬਣ ਗਿਆ ਤੁਸੀਂ ਬਣਾ ਕੇ ਆਪਣਾ ਕਾਰੋਬਾਰ ਘਰ ਤੋਂ ਸਟਾਰਟ ਕਰ ਸਕਦੇ ਹੋ ਤੇ ਬਾਕੀ ਰੇਟ ਵਗੈਰਾ ਜਿਹੜਾ ਹੁੰਦਾ ਵਾ ਚੀਜ਼ ਦਾ ਉਹ ਹਰ ਇਲਾਕੇ ਦਾ ਆਪਣੇ ਹਿਸਾਬ ਨਾਲ ਹੁੰਦਾ ਵਾ ਇਸ ਲਈ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਵਾ ਇਹਨੂੰ ਫਿਕਸ ਕਰ ਸਕਦੇ ਹੋ ਤੇ ਬਾਕੀ ਜੇ ਤੁਹਾਨੂੰ ਲਈ ਆਸਾਨੀ ਹੋਵੇ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਅਸੀਂ ਕਿੰਨਾ ਕੁ ਮਟੀਰੀਅਲ ਤਿਆਰ ਕਰਨਾ ਪਹਿਲੀ ਦਫਾ ਤੇ ਇਸ ਤਰ੍ਹਾਂ ਹੋਏਗਾ ਲੇਕਿਨ ਆ ਹਿਸਤਾ ਹਿਸਤਾ ਫਿਰ ਜੇ ਤੁਹਾਡੇ ਪੱਕੇ ਗਾਖ ਜਿਹੜੇ ਹੁੰਦੇ ਆ ਉਹਨਾਂ ਨੂੰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਸੀਂ ਸ਼ਾਮ ਨੂੰ ਹੀ ਆਰਡਰ ਕਰਦਿਆ ਕਰੋ ਤਾਂ ਕਿ ਸਵੇਰ ਟਾਈਮ ਫਿਰ ਤੁਸੀਂ ਉਸ ਹਿਸਾਬ ਦੇ ਨਾਲ ਆਪਣਾ ਸਮਾਨ ਤਿਆਰ ਕਰ ਲਓ ਹੁਣ ਆਪਾਂ ਹਲਵਾ ਤਿਆਰ ਕਰਾਂਗੇ ਪੇੜਿਆਂ ਨੂੰ ਆਪਾਂ ਰਸਤੇ ਰੱਖ ਦਿੱਤਾ ਵਾ ਉਹਨਾਂ ਨੂੰ ਗ੍ਰੀਸ ਕਰ ਦਿੱਤਾ ਵਾ ਤੇ ਜਿਹੜਾ ghee ਵਾ ਮੈਂ ਤੁਹਾਨੂੰ ਚੈੱਕ ਕਰਵਾਇਆ ਸੀ ਜੰਮਿਆ ਜੰਮਿਆ ਹੋਇਆ ghee ਸੀਗਾ ਤੇ ਇਸ ਲਈ ਮੈਂ ਉਹਨੂੰ ਅੱਧਾ ਕੱਪ ghee ਇਹਦੇ ਵਿੱਚ ਸ਼ਾਮਲ ਕੀਤਾ ਜੇ ghee ਬਿਲਕੁਲ ਪਿਗਲਿਆ ਹੁੰਦਾ ਤੇ ਫਿਰ ਤੁਸੀਂ ਉਹਦਾ 1 ਕੱਪ ਸ਼ਾਮਲ ਕਰਨਾ ਸੀਗਾ ਦੋ ਇਲਾਇਚੀਆਂ ਪਾਈਆਂ ghee ਦੇ ਵਿੱਚ ਤੇ ਇੱਕ ਆਪਾਂ 1 ਕੱਪ ਜਿਹੜਾ ਵਾ ਸੂਜੀ ਦਾ ਇਹਦੇ ਵਿੱਚ ਸ਼ਾਮਲ ਕਰਕੇ ਅਦੀ ਕਰਾਂਗੇ ਬੁਣਾਈ ਅچھے ਤਰੀਕੇ ਦੇ ਨਾਲ ਜੇ ਬਿਲਕੁਲ ghee ਪਿਗਲਿਆ ਹੁੰਦਾ ਤੇ ਫਿਰ ਤੁਸੀਂ ਬਰਾਬਰ ਦਾ ਪਾਉਣਾ ਸੀਗਾ ਦੁਬਾਰਾ ਤੁਹਾਨੂੰ ਇਸ ਲਈ ਦੱਸ ਰਹੀਆਂ ਕਿ ਤੁਹਾਨੂੰ ਗਲਤੀ ਨਾ ਲੱਗੇ ਤੇ ਥੋੜਾ ਹਲਵਾ ਖਰਾਬ ਨਾ ਹੋ ਜAVE ਬਿਲਕੁਲ ਪਰਫੈਕਟ ਸੀਗਾ ਇਹਦੇ ਵਿੱਚ ghee ਬਿਲਕੁਲ ਵੀ ਕਮ ਨਹੀਂ ਸੀਗਾ ਤੇ ਥੋੜਾ ਜਿਹਾ ਤਕਰੀਬਨ ਦੋ ਚੁਟਕੀ ਇਹਦੇ ਵਿੱਚ ਮੈਂ ਫੂਡ ਕਲਰ ਸ਼ਾਮਿਲ ਕਰ ਦਿੱਤਾ ਇੱਕ ਕੱਪ ਸੂਜੀ ਸੀ ਤੇ ਇੱਕ ਕੱਪ ਇਹਦੇ ਵਿੱਚ ਮੈਂ ਚੀਨੀ ਸ਼ਾਮਿਲ ਕਰ ਦਿੱਤੀ ਆ ਮੈਂ ਇੱਕ ਕੱਪ ਪਾਣੀ ਦਾ ਸ਼ਾਮਿਲ ਕਰਕੇ ਇਹਨੂੰ ਥੋੜਾ ਜਿਹਾ ਮਿਕਸ ਕਰ ਲਾਂਗੇ ਫਲੇਮ ਥੋੜਾ ਜਿਹਾ ਸਲੋ ਕੀਤਾ ਹੋਇਆ ਵਾ ਤਾਂ ਕਿ ਗੁਟਲੀਆਂ ਨਾ ਬਣਨ ਤੁਹਾਡੇ ਕੋਲੋਂ ਤੇ ਦੋ ਕੱਪਾ ਦੇ ਹੋਸ਼ਾਮਲ ਕਰਾਂਗੇ ਟੋਟਲ ਤਿੰਨ ਕੱਪਾ ਪਾਉਂਦੇ ਜੋ ਪਾਣੀ ਦੇ ਸ਼ਾਮਲ ਕਰਾਂਗੇ ਤੇ ਪੂਰੀ ਦੇ ਨਾਲ ਜਿਹੜਾ ਹਲਵਾ ਹੁੰਦਾ ਵਾ ਉਸ ਸਖਤ ਨਹੀਂ ਹੁੰਦਾ ਉਸ ਤਰ੍ਹਾਂ ਆਪਾਂ ਜਦੋਂ ਹਲਵਾ ਬਣਾਈਦਾ ਜਦੋਂ ਸਾਈਡਾਂ ਛੱਡ ਦਿੰਦਾ ਇੱਕ ਜਗ੍ਹਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਫਿਰ ਆਪਾਂ ਉਹਨੂੰ ਉਤਾਰੀਦਾ ਲੇਕਿਨ ਇਹਦੇ ਵਿੱਚ ਇਹ ਵਾਲਾ ਸੀਨ ਨਹੀਂ ਹੈ ਦੇਖੋ ਬਸ ਪਾਣੀ ਖੁਸ਼ਕ ਹੋ ਗਿਆ ਵਾ ਤੇ ਆਪਾਂ ਇਹਨੂੰ ਹਲਵੇ ਨੂੰ ਜਿਹੜਾ ਵਾ ਕੱਢ ਲੈਣਾ ਵਾ ਇਹਦੇ ਨਾਲ ਥੋੜਾ ਪਤਲਾ ਹਲਵਾ ਹੀ ਅੱਛਾ ਲੱਗਦਾ ਪੂਰੀ ਦੇ ਨਾਲ ਇਹਨੂੰ ਸਰਵ ਕਰਾਂਗੇ ਪਲੇਟ ਦੇ ਵਿੱਚ ਹੁਣੀ ਕਰਕੇ ਰੱਖ ਲੈਨੇ ਤੇ ਥੋੜਾ ਜਿਹਾ ਡੈਕੋਰੇਟ ਕਰਾਂਗੇ ਇਹਨਾਂ ਥੋੜੀ ਜਿਹੀ ਗਰੀਬਾਰੀ ਇੱਕ ਕੱਟ ਕੇ ਨਾਰੀਅਲ ਜਿਹੜਾ ਹੁੰਦਾ ਉਹ ਮੈਂ ਇਹਦੇ ਉੱਪਰ ਸ਼ਾਮਲ ਕੀਤਾ ਵਾ ਤੇ ਨਾਲੇ ਦੇ ਥੋੜੇ ਜਿਹਾ ਬਾਦਮ ਬਾਰੀਕ ਬਾਰੀ ਕੱਟ ਲੈ ਸੀਗੇ ਤੇ ਉਹਨਾਂ ਨੂੰ ਆਪਾਂ ਹਲਵੇ ਉੱਪਰ ਲਗਾ ਦਿੱਤਾ ਤੇ ਹੁਣ ਆਪਣਾ ਸਾਲਨ ਵੀ ਤਿਆਰ ਹੋ ਗਿਆ ਹਲਵਾ ਤਿਆਰ ਹੋ ਗਿਆ ਤੇ ਹੁਣ ਆਪਾਂ ਆਪਣੀਆਂ ਪੂਰੀਆਂ ਬਣਾਣੀਆਂ ਆ ਦੇਖਿਓ ਇਹਨੂੰ ਇਸ ਤਰ੍ਹਾਂ ਹੀ ਤੁਸੀਂ ਹੱਥ ਦੇ ਨਾਲ ਹੀ ਥੋੜਾ ਜਿਹਾ ਫੈਲਾ ਲੈਣਾ ਵਾ ਜੇ ਤੁਸੀਂ ਇਹਨੂੰ ਬੇਲਨ ਨਾਲ ਬੇਲੋਗੇ ਜੋ ਬੇਲਨ ਦੇ ਨਾਲ ਚਿਪਕਦਾ ਰਹਿਣਾ ਇਹਨੇ ਥੋੜਾ ਜਿਹਾ ਗ੍ਰੀਸ ਕਰ ਲੈਣਾ ਵਾ ਸਰਫੇਸ ਨੂੰ ਜਿਹਦੇ ਉੱਤੇ ਵੀ ਤੁਸੀਂ ਇਹਨੂੰ ਕਰੋਗੇ ਤੇ ਮੈਂ ਤੇ ਹੱਥ ਦੇ ਨਾਲ ਹੀ ਬਣਾਉਣੀ ਆ ਤੁਹਾਨੂੰ ਨਾ ਈ ਇਹ ਆ ਦੇਖੋ ਮਾਸ਼ਾਅੱਲਾ ਹੁਣ ਪੂਰੀ ਆਪਾਂ ghee ਆਪਣਾ ਫੁੱਲ ਗਰਮ ਆ ਇੰਨਾ ਗਰਮ ghee ਹੋਣਾ ਚਾਹੀਦਾ ਵਾ ਕਿ ਪੂਰੀ ਜਿਹੜੀ ਆ ghee ਦੇ ਵਿੱਚ ਜਾਂਦੇ ਹੀ ਆਪਣਾ ਕਲਰ ਚੇਂਜ ਕਰ ਲਵੇ ਤੇ ਨਾਲ ਹੀ ਫੁੱਲ ਜਾਵੇ ਜੇ ghee ਤੁਹਾਡਾ ਕੰਮ ਗਰਮ ਹੋਏਗਾ ਤੇ ਪੂਰੀ ਤੁਹਾਡੀ ਕਦੀ ਵੀ ਨਹੀਂ ਫੁੱਲੇਗੀ ਤੇ ਉਹ ਜਿਹੜੀ ਆ ਵੈਸੇ ਵੀ ਸਖਤ ਹੋ ਜਾਏਗੀ ਬਾਅਦ ਵਿੱਚ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀਆਂ ਪੂਰੀਆਂ ਬਹੁਤ ਜ਼ਿਆਦਾ ਨਰਮੋ ਮੁਲਾਇਮ ਬਣਨ ਤੇ ਫਿਰ ਤੁਸੀਂ ਇਹਨੂੰ ਜਿਹੜਾ ਵਾ ਫੁੱਲ ਗਰਮ ਕਰਨਾ ਪਹਿਲੇ ghee ਨੂੰ ਬਿਸਮਿਲਲਾਹਿ ਰਹਿਮਨ ਰਹਿੀਮ ਤੇ ਦੇਖੋ ghee ਦੇ ਵਿੱਚ ਪੂਰੀ ਨੂੰ ਪਾ ਕੇ ਤੁਸੀਂ ਫੋਰਨ ਹੀ ਇਹਨੂੰ ਜਿਹੜਾ ਵਾ ਚਮਚ ਦੇ ਨਾਲ ਹਿਲਾ ਦੇਣਾ ਦੇਖੋ ਮਾਸ਼ਾਅੱਲਾ ਕਿ ਇਸ ਤਰ੍ਹਾਂ ਗੁਬਾਰੇ ਤਰ੍ਹਾਂ ਫੁੱਟਬਾਲ ਤਰ੍ਹਾਂ ਪੂੜੀਆਂ ਆਪਣੀ ਫੁੱਲ ਗਈਆਂ ਤੇ ਇਹਦੀ ਸਾਈਡ ਚੇਂਜ ਕਰਾਂਗੇ ਬਹੁਤ ਹੀ ਮਜ਼ੇਦਿਆਂ ਤੇ ਜ਼ਬਰਦਸਤੀਆਂ ਪੂੜੀਆਂ ਤਿਆਰ ਹੋਈਆਂ ਤੁਸੀਂ ਐਸੀ ਰੈਸিপি ਨੂੰ ਫੋਲੋ ਕਰਕੇ ਬਹੁਤ ਆਸਾਨੀ ਦੇ ਨਾਲ ਪੂੜੀ ਬਣਾਉਣਾ ਸਿੱਖ ਸਕਦੇ ਹੋ ਕਿਉਂਕਿ ਅਕਸਰ ਲੋਕਾਂ ਦੇ ਕੋਲ ਪੂੜੀ ਸਹੀ ਨਹੀਂ ਬਣਦੀ ਜਾਂ ਉਹ ਸਖਤ ਹੋ ਜਾਂਦੀ ਹੈ ਜਾਂ ਬਿਲਕੁਲ ਹੀ ਉਪਰ ਦੀ ਰਹਿੰਦੀ ਹੈ ਜਾਂ ਉਹ ਬਿਲਕੁਲ ਕੱਚੀ ਉਤਾਰ ਲੈਂਦੇ ਆ ਵੀ ਇਹ ਸਖਤ ਨਾ ਹੋਵੇ ਤੈਨੂੰ ਕੱਚੀ ਨੂੰ ਉਤਾਰ ਲੈਂਦੇ ਦੇ ਸੀਨ ਨਹੀਂ ਤੁਸੀਂ ਕਰਨਾ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੀ ਪੂੜੀਆਂ ਆਪਣੀ ਤਿਆਰ ਹੋ ਗਈਆਂ ਇਸੀ ਤਰੀਕੇ ਦੇ ਨਾਲ ਆਪਾਂ ਸਾਰੀਆਂ ਪੂੜੀਆਂ ਸ਼ਾਮਲ ਕਰਕੇ ਇਹਦੇ ਵਿੱਚ ਤੇ ਇਸੇ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਬਹੁਤ ਹੀ ਆਸਾਨ ਤੇ ਵਧੀਆ ਜੀ ਰੈਸਪੀ ਆ ਤੇ ਕੱਲੇ ਮੈਦੇ ਦੇ ਨਾਲ ਵੀ ਪੂਰੀ ਬਣਦੀ ਆ ਉਹਦੀ ਵੀ ਰੈਸਪੀ ਇਨਸ਼ਾਅੱਲਾ ਤਾਲਾ ਤੁਹਾਨੂੰ ਮੈਂ ਜਲਦੀ ਦਵਾਂਗੀ ਇਹਦੇ ਵਿੱਚ ਆਟਾ ਇਸ ਲਈ ਥੋੜਾ ਜਿਹਾ ਸ਼ਾਮਲ ਕੀਤਾ ਕਿ ਜਿਹੜੇ ਲੋਕ ਬਿਗਨਰਸ ਆ ਜਿੰਨਾਂ ਕੋਲ ਪੂਰੀ ਸਹੀ ਨਹੀਂ ਬਣਦੀ ਉਹ ਪਹਿਲੇ ਐਸਐਸਪੀ ਨਾਲ ਟਰਾਈ ਕਰਨ ਤੇ ਫਿਰ ਜਿਹੜੀ ਕੱਲੇ ਮੈਦੇ ਦੀ ਪੂਰੀ ਆ ਉਹ ਥੋੜੀ ਮੁਸ਼ਕਲ ਬਣਦੀ ਹੁੰਦੀ ਹੈ ਉਹ ਵੀ ਮੈਂ ਤੁਹਾਡੇ ਨਾਲ ਇਨਸ਼ਾਅੱਲਾ ਤਾਲਾ ਰੈਸਪੀ ਜਲਦੀ ਸ਼ੇਅਰ ਕਰਾਂਗੀ ਤੇ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤੀਆਂ ਪੂੜੀਆਂ ਆਪਣੀਆਂ ਤਿਆਰ ਹੋ ਗਈਆਂ ਦੇਖੋ ਮਾਸ਼ਾਅੱਲਾ ਕਿੰਨੀਆਂ ਜ਼ਬਰਦਸਤ ਤੇ ਸੌਫਟ ਹੈ ਦੇਖੋ ਮੈਂ ਤੁਹਾਨੂੰ ਨੀਚੋਂ ਵੀ ਇੱਕ ਅੱਧੀ ਪੂਰੀ ਕੱਢ ਕੇ ਦਿਖਾਨੀ ਆ ਕੋਈ ਕਿ ਸਾਰੀਆਂ ਹੀ ਪੂੜੀਆਂ ਇਸ ਤਰ੍ਹਾਂ ਦੀਆਂ ਬਨੀਆਂ ਵਾ ਇਹ ਨਹੀਂ ਕਿ ਇਹ ਉੱਪਰ ਜਿਹੜੀ ਮੈਂ ਐਂਡ ਤੇ ਬਣਾਈ ਹੈ ਉਹ ਹੀ ਹੈ ਜਿਹੜੀਆਂ ਪਹਿਲੇ ਦੀਆਂ ਬਨੀਆਂ ਹੋਈਆਂ ਦੇਖੋ ਉਹ ਵੀ ਕਿੰਨੀਆਂ ਸੌਫਟ ਨੇ ਇਹਦੀ ਕੁ ਮਾਸ਼ਾਅੱਲਾ ਜਿਸ ਤਰ੍ਹਾਂ ਮਰਜ਼ੀ ਤੁਸੀਂ ਉਹਨੂੰ ਫੋਲਡ ਕਰ ਲਵੋ ਜਿੱਦਾਂ ਨੂੰ ਮਰਜ਼ੀ ਲੈ ਜਾਓ ਬਹੁਤ ਹੀ ਜ਼ਬਰਦਸਤ ਤੇ ਇੱਕ ਇਹ ਚੀੜੀਆਂ ਚੀੜੀਆਂ ਵੀ ਨਹੀਂ ਬਣੀਆਂ ਬਸ ਲੋਕ ਪੂਰੀ ਨਰਮ ਰੱਖਣ ਦੇ ਚੱਕਰ ਦੇ ਵਿੱਚ ਬਿਲਕੁਲ ਚੀੜੀ ਕਰ ਲੈਂਦੇ ਆ ਜਿਹੜੀ ਟੁੱਟਦੀ ਨਹੀਂ ਵੱਡੇ ਬਜ਼ੁਰਗਾਂ ਕੋਲ ਖਾਈ ਨਹੀਂ ਜਾਂਦੀ ਇਹ ਬਹੁਤ ਹੀ ਸੌਫਟ ਤੇ ਮਜ਼ੇ ਦੀ ਪੂਰੀ ਬਣੀ ਹੈ ਤੁਸੀਂ ਜ਼ਰੂਰ ਰੈਸਪੀ ਨੂੰ ਟਰਾਈ ਕਰਨਾ ਵਾ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਦਾ ਚੈਨਲ ਸਬਸਕ੍ਰਾਈਬ ਕਰਕੇ ਜਾਇਆ ਜੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤ